ਤੇ ਪੂਰਾ ਹੱਥ ਪੈ ਜਾਂਦਾ ਥੱਲੇ ਇਸ ਤਰ੍ਹਾਂ ਨਾ, ਵੀ ਐਂ ਆਹ ਦੇਖੋ ਐਂ ਹੱਥ ਪੈ ਜਾਂਦਾ, ਅੱਛਾ ਸਾਰਾ ਤੁਹਾਨੂੰ ਹੱਥ ਪੈ ਜਾਂਦਾ ਇਹਦੇ, ਵੀ ਇਹਦੇ ਵੱਡਾ ਜੀ, ਇਹਦੇ ਥੋੜਾ ਜਿਹਾ ਉਹ ਜਿਹੜਾ ਧੁੰਨੀ ਵਾਲਾ ਸਾਗ, ਇਹਦਾ ਮਤਲਬ ਇਹਦੀ ਉਮਰ ਵੱਡੀ ਹੋ ਗਈ ਹੁਣ, ਇਹ ਉਮਰ ਮੈਂ ਗਲਤੀ ਇਹੀ ਹੋਈ ਜੀ, ਉਮਰ ਵੱਡੀ ਹੋ ਗਈ ਜੇ 2 ਕੁ ਮਹੀਨੇ ਦੇ ਕਰਾਇਆ ਹੁੰਦਾ ਇਹ ਦੁੱਧ ਦੇ ਖਰਚੇ ਤੇ ਹੋ ਜਾਂਦਾ ਇਹ। ਅੱਛਾ ਖਰਚਾ ਹਾਂ, ਵੀ ਊਂ ਵੀ ਜੇ ਤੋਪੇ ਲਾਉਣ ਦੇ ਉਹ ਫਿਰ ਵੀ ਵਿੱਚ, ਹੁਣ ਇਹ ਥੱਲੇ ਮਾਸ ਵਾਲਾ ਆ ਗਿਆ, ਹੁਣ ਇਹ 'ਚ ਜਾਲੀ ਪੈਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਮੇਰੇ ਵੀਰ ਭੈਣ ਭਰਾਵਾਂ ਨੂੰ ਵੀਰ ਜੀ ਸਤਿ ਸ਼੍ਰੀ ਅਕਾਲ, ਨਮਸਕਾਰ। ਬਾਈ ਜਿਹੜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਹਾਂ, ਅੱਜ ਆਪਾਂ ਏਕਮ ਦੇ ਫਾਰਮ 'ਤੇ ਆਏ ਸੀ ਮੱਲੂ ਵਾਲੇ ਕੋਠੇ ਦੇ ਵਿੱਚ, ਅਤੇ ਵਧੀਆ ਵੀਰ ਨੇ ਸ਼ੈੱਡ ਪਾਇਆ, ਵਧੀਆ ਫਾਰਮ ਆ। ਉਹਦੇ ਨਾਲ ਇੱਕ ਬੱਚੀ ਸੀਗੀ, ਛੋਟੀ ਬੱਚੀ, ਆਹ ਦਿਖਾਉਂਦੇ ਸੀ ਭਾਈ ਬੱਚੀ ਮਾੜੀ ਜੀ। ਇਹ ਬੱਚੀ ਦੇ ਨਾਲ ਛੋਟੀ ਹੁੰਦੀ ਦੇ ਹਰਨੀਆਂ ਸੀਗੀਆਂ, ਹਰਨੀਆਂ ਮਤਲਬ ਕਿ ਧੁੰਨੀ ਥੱਲਿਓਂ ਹਾਰਡ ਹੋਣ ਲੱਗ ਜਾਂਦੀ ਆ, ਇਹ ਆਮ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀ ਆ। ਦੇਖੋ ਆਹ ਹਾਰਡ ਹੋਈ ਪਈ ਆ, ਧੁੰਨੀ ਥੱਲਿਓਂ ਲੌਂਕ ਜਾਂਦੀ ਆ, ਇਹ ਬਹੁਤ ਬੱਚਿਆਂ ਦੇ ਆ ਜਾਂਦੇ ਆ। ਕਈ ਵਾਰ ਤਾਂ ਆਪਾਂ ਇਹਦਾ ਟ੍ਰੀਟਮੈਂਟ ਕਰਾਉਂਦੇ ਹੀ ਨਹੀਂ, ਹੋਰ ਟ੍ਰੀਟਮੈਂਟ ਹੋਰ ਕੰਮਾਂ 'ਚ ਉਲਝੇ ਰਹਿੰਦੇ। ਇਹਦਾ ਇੱਕੋ ਇੱਕੋ ਹੀ ਹੱਲ ਆ ਵੀਰੇ, ਇਹਦਾ ਹੱਲ ਹੈਗਾ ਆਪਰੇਸ਼ਨ। ਆਪਰੇਸ਼ਨ ਵੀ ਜੇ ਆਪਾਂ ਕਰਾਉਣਾ ਹੋਵੇ ਇਹਦਾ, ਆਪਾਂ ਆਪਰੇਸ਼ਨ ਜਾਂ ਤਾਂ ਤੁਹਾਡੇ ਨੇੜੇ ਕੋਈ ਵੀ ਓ ਡਾਕਟਰ ਹੈਗਾ, ਤੁਹਾਡੇ 3-4 ਪਿੰਡਾਂ ਮਗਰ ਇੱਕ ਡਾਕਟਰ ਹੁੰਦਾ ਜਾਂ 10 ਪਿੰਡਾਂ ਮਗਰ ਸੀਨੀਅਰ ਡਾਕਟਰ, ਉਹ ਤੋਂ ਕਰਾਓ। ਜਾਂ ਫਿਰ ਤੁਸੀਂ ਯੂਨੀਵਰਸਿਟੀ ਜਿਵੇਂ ਰਾਮਪੁਰੇ ਬਣੀ ਹੋਈ ਆ, ਜਾਂ ਆਪਣੇ ਲੁਧਿਆਣੇ ਯੂਨੀਵਰਸਿਟੀ ਆ, ਇੱਥੇ ਤੁਸੀਂ ਯੂਨੀਵਰਸਿਟੀ ਲਿਆ ਕੇ ਇਹਦਾ ਆਪਰੇਸ਼ਨ ਕਰਾ ਸਕਦੇ ਹਾਂ। ਇਹਦੇ ਬਾਰੇ ਆਪਾਂ ਬਾਈ ਏਕਮ ਦੇ ਫਾਰਮ ਦੇ ਆ, ਏਕਮ ਨੂੰ ਪੁੱਛ ਲੈਂਦੇ ਹਾਂ ਵੀ ਇਹਦਾ ਕੀ ਸੀ। ਏਕਮ ਯਾਰ ਐਂ ਦੱਸ, ਕਿੰਨੀ ਉਮਰ ਹੋ ਗਈ ਇਹਦੀ? ਇਹਨੂੰ 5ਵਾਂ ਮਹੀਨਾ ਲੱਗਿਆ ਵਾ ਜੀ ਹੁਣ। ਅੱਛਾ, ਅਤੇ ਇਹ ਡਾਕਟਰਾਂ ਨੂੰ ਪਹਿਲਾਂ ਤੂੰ ਦਿਖਾ ਗਿਆ ਸੀ, ਕੀ ਦੱਸਿਆ ਡਾਕਟਰਾਂ ਨੇ? ਪਹਿਲਾਂ ਦਿਖਾਈ ਸੀਗੀ, ਪਹਿਲਾਂ ਜਿਵੇਂ ਆਪਾਂ ਘਰੇ ਟ੍ਰੀਟਮੈਂਟ ਕਰਦੇ ਹਾਂ ਵੀ ਕੁਛ ਕੱਪੜਾ ਬੰਨ ਕੇ, ਠੀਕ ਹੈ, ਉਹਦੇ ਨਾਲ ਇਹ ਠੀਕ ਹੋਈ ਨਹੀਂ, ਇਹਦੇ ਹੱਥ ਪੈ ਜਾਂਦਾ ਜੀ ਥੱਲੇ ਪੂਰਾ। ਅੱਛਾ, ਇਸ ਜਗ੍ਹਾ 'ਤੇ? ਹਾਂ, ਜਿਹੜਾ ਦਿਖਾਈ ਇਹਦੀ ਧੁੰਨੀ, ਇਹਦੇ ਪੂਰਾ ਹੱਥ ਪੈ ਜਾਂਦਾ ਥੱਲੇ ਇਸ ਤਰ੍ਹਾਂ ਨਾ, ਵੀ ਐਂ ਆਹ ਦੇਖੋ ਐਂ ਹੱਥ ਪੈ ਜਾਂਦਾ। ਅੱਛਾ, ਸਾਰਾ ਹੱਥ ਪੈ ਜਾਂਦਾ ਇਹਦੇ, ਵੀ ਇਹਦੇ ਵੱਡਾ ਜੀ, ਇਹਦੇ ਥੋੜ੍ਹਾ ਜਿਹਾ ਉਹ ਜਿਹੜਾ ਧੁੰਨੀ ਵਾਲਾ, ਇਹਦਾ ਮਤਲਬ ਇਹਦੀ ਉਮਰ ਵੱਡੀ ਹੋ ਗਈ ਹੁਣ, ਇਹ ਉਮਰ ਮੈਂ ਗਲਤੀ ਇਹੀ ਹੋਈ ਜੀ, ਉਮਰ ਵੱਡੀ ਹੋ ਗਈ ਜੇ 2 ਕੁ ਮਹੀਨੇ ਦੇ ਕਰਾਇਆ ਹੁੰਦਾ ਇਹ ਦੁੱਧ ਦੇ ਖਰਚੇ ਤੇ ਹੋ ਜਾਂਦਾ ਇਹ। ਅੱਛਾ, ਖਰਚਾ। ਹਾਂ, ਵੀ ਊਂ ਵੀ ਜੇ ਤੋਪੇ ਲਾਉਣ ਦੇ ਉਹ ਫਿਰ ਵੀ ਵਿੱਚ, ਹੁਣ ਇਹ ਥੱਲੇ ਮਾਸ ਵਾਲਾ ਆ ਗਿਆ, ਹੁਣ ਇਹ 'ਚ ਜਾਲੀ ਪੈਣੀ ਹੈ ਜੀ ਇਹ 'ਚ। ਇਹਦਾ ਮਤਲਬ ਆਪਾਂ ਨੂੰ ਜਿਹੜਾ ਇਹ ਆਪਰੇਸ਼ਨ ਛੋਟੀ ਦਾ ਕਰਾਉਣਾ, 1 ਮਹੀਨੇ ਦੀ ਦਾ ਕਰਾ ਲੈਣਾ, 1.5 ਮਹੀਨੇ ਦਾ ਕਰਾ ਲੈਣਾ ਚਾਹੀਦਾ, ਬਸ ਵੱਧ ਤੋਂ ਵੱਧ 2 ਮਹੀਨੇ ਜੀ, ਵੱਧ ਤੋਂ ਵੱਧ 2 ਮਹੀਨੇ। ਜਿੰਨਾ ਆਪਾਂ ਵੱਡੀ ਲਈ ਜਾਵਾਂਗੇ ਉਨੀ ਤਕਲੀਫ ਜ਼ਿਆਦਾ ਆ, ਤਕਲੀਫ ਵੀ ਜ਼ਿਆਦਾ, ਖਰਚਾ ਵੀ ਵੱਧ ਜੀ ਉਹਨਾਂ। ਅਤੇ ਕਿੱਥੇ ਚੱਲਿਆ ਫਿਰ ਅੱਜ ਆਪਰੇਸ਼ਨ ਕਰਾਉਣਾ? ਆਪਾਂ ਰਾਮਪੁਰੇ ਚੱਲੇ ਯੂਨੀਵਰਸਿਟੀ 'ਚ। ਅੱਛਾ, ਰਾਮਪੁਰੇ ਵੀਰ ਯੂਨੀਵਰਸਿਟੀ ਆ, ਉੱਥੇ ਚੱਲੇ ਹਾਂ ਆਪਾਂ। ਜੇ ਤਾਂ ਉੱਥੇ ਡਾਕਟਰਾਂ ਨੇ ਆਪਾਂ ਨੂੰ ਵੀਡੀਓ, ਫਿਰ ਤਾਂ ਆਪਾਂ ਆਪਰੇਸ਼ਨ ਵੀ ਦਿਖਾਵਾਂਗੇ, ਨਹੀਂ ਤੁਹਾਨੂੰ ਆਪਰੇਸ਼ਨ ਤੋਂ ਬਾਅਦ ਦਿਖਾਵਾਂਗੇ ਲੈ ਵੀ ਕੀ ਸਥਿਤੀ ਹੈ ਇਹਦੀ, ਅਤੇ ਨਾ ਆਪਾਂ ਬਾਈ ਨੂੰ ਬਾਅਦ 'ਚ ਪੁੱਛਾਂ ਲੈ ਵੀ ਕਿੰਨਾ ਖਰਚਾ ਹੋਇਆ ਇਹਦੇ 'ਤੇ। ਕਾਰਨ ਇਹ ਹੈ ਵੀ ਜੇ ਆਪਾਂ ਵੱਡੀ ਕਰ ਲੈਂਦੇ ਹਾਂ ਗਾਵਾਂ ਨੂੰ, ਕਈ ਵਾਰ ਵੱਡੀ ਗਾਵਾਂ ਨੂੰ ਹਰਨੀਆਂ ਦੀ ਪ੍ਰੋਬਲਮ ਆ ਜਾਂਦੀ ਹੈ, ਉਦੋਂ ਕਈ ਕਈ ਐਨੀਮਲਾਂ ਦੇ ਦਿਖਾਈ ਨਹੀਂ ਦਿੰਦੀਆਂ ਹੁੰਦੀਆਂ, ਉੱਪਰ ਨੂੰ ਜਾਂਦੀਆਂ ਹੁੰਦੀਆਂ ਜਾਂ ਕੋਈ ਨੀਚੇ ਉੱਨੀ ਜਾਂਦੀਆਂ, ਵੱਧਦੀਆਂ ਹਰਨੀਆਂ, ਉਹਨਾਂ ਦੇ ਵਿੱਚ ਉਹ ਖਾਣਾ ਪੀਣਾ ਛੱਡ ਜਾਂਦੀਆਂ, ਉੱਥੇ ਵੀ ਆਪਰੇਸ਼ਨ ਕਰਾਉਣਾ, ਉੱਥੇ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ, ਉੱਥੇ ਐਨੀਮਲਾਂ ਦੀ ਡੈਥ ਵੀ ਹੋ ਜਾਂਦੀ ਹੈ ਕਈ ਵਾਰ। ਇਹਦਾ ਇਲਾਜ ਹੈਗਾ ਵੀ ਜਿੰਨੀ ਆਪਾਂ ਛੋਟੀ ਉਮਰ ਦੇ ਵਿੱਚ ਇਹ ਬੱਚੀ ਦਾ ਆਪਾਂ ਟ੍ਰੀਟਮੈਂਟ ਕਰਾ ਲਾਂਗੇ, ਖਰਚਾ ਕੋਈ ਜ਼ਿਆਦਾ ਨਹੀਂ ਆਉਂਦਾ। ਆਪਰੇਸ਼ਨ ਵੀ ਉਹ ਵੱਡੇ ਡਾਕਟਰ ਹੀ ਕਰਦੇ ਆ, ਵੈਟਰਨਰੀ ਅਫਸਰ ਹੁੰਦੇ ਆ ਜਿਹੜੇ, ਉਹਨਾਂ ਤੋਂ ਹੀ ਕਰਾਉਣਾ ਚਾਹੀਦਾ, ਉਹਨਾਂ ਦੀ ਰੇਖ ਹੇਠ 'ਤੇ ਚੱਲਣਾ ਚਾਹੀਦਾ ਗਾ। ਬਾਕੀ ਅੱਜ ਆਪਾਂ ਯੂਨੀਵਰਸਿਟੀ ਚੱਲੇ ਹਾਂ, ਹੁਣ ਇਹ 5 ਮਹੀਨਿਆਂ ਦੀ ਹੈ ਨਾ ਇੱਕ ਮੈਂ? ਹਾਂ, 5ਵਾਂ ਮਹੀਨਾ ਲੱਗਿਆ, 5 ਮਹੀਨਿਆਂ ਦੀ ਹੈ, ਇਹਦਾ ਆਪਰੇਸ਼ਨ ਕਰਾਉਣਾ, ਅਤੇ ਉਦੋਂ ਬਾਅਦ ਵੀ ਦੱਸਾਂਗੇ ਤੁਹਾਨੂੰ ਇਹਦੀ ਕੀ ਸਥਿਤੀ ਆ। ਜੇ ਵੀ ਕਿਸੇ ਵੀਰ ਦੇ ਇਹ ਪ੍ਰੋਬਲਮ ਆਉਂਦੀ ਹੋਵੇ, ਡਾਕਟਰ ਨਾਲ ਡਿਸਕਸ ਕਰਕੇ ਨਾਲ ਦੀ ਨਾਲ ਤੁਸੀਂ ਇਹਦਾ ਆਪਰੇਸ਼ਨ ਹੀ ਹੱਲ ਆ ਵੀਰੇ। ਬਾਈ ਜੀ, ਵੈਟਨਰੀ ਕਲੀਨਿੰਗ ਕੰਪਲੈਕਸ, ਇਹ ਬਣਿਆ ਹੋਇਆ ਕੰਪਲੈਕਸ, ਇਹਦੇ ਵਿੱਚ ਇੱਥੇ ਸਾਰੇ ਐਨੀਮਲਾਂ ਦਾ ਟ੍ਰੀਟਮੈਂਟ ਹੁੰਦਾ ਗਾ। ਕੁੱਤੇ, ਬਿੱਲੀਆਂ, ਗਾਵਾਂ, ਮੱਝਾਂ, ਸਾਰੇ ਕੋਈ ਵੀ ਐਨੀਮਲ ਤੁਸੀਂ ਲਿਆ ਸਕਦੇ ਇੱਥੋਂ, ਚਾਹੇ ਕੋਈ ਪੰਛੀ ਆ ਉਹ ਵੀ ਲੈ ਕੇ ਆ ਸਕਦੇ ਹੋ ਤੁਸੀਂ ਬਾਈ। ਇਹਦੇ ਬੈਕ ਸਾਈਡ ਇਹ ਬਿਲਡਿੰਗ ਦੇ ਸਾਈਡ 'ਤੇ ਜਾ ਕੇ OPD ਹੈ, ਬਸ ਇੱਥੇ ਮੁੜਨ ਸਰ ਨਾਲ ਹੀ ਵੀ ਰੂਮ ਬਣਿਆ ਹੋਇਆ ਜਿੱਥੇ ਤੁਹਾਡੇ ਐਨੀਮਲ ਦਾ ਕਾਰਡ ਬਣਦਾ, ਕਾਰਡ ਦੇ 10 ਰੁਪਏ ਲੈਂਦੇ ਆ, ਉਹਨੂੰ ਰਜਿਸਟ੍ਰੇਸ਼ਨ ਕਹਿੰਦੇ ਆ, ਇੱਥੇ ਬੋਰਡ ਵੀ ਲੱਗਿਆ ਹੋਇਆ ਬਾਹਰ ਲਿਖਿਆ ਹੋਇਆ ਹੈਗਾ, ਸਾਹਮਣੇ ਆਪਣੇ ਐਨੀਮਲ ਦਾ ਕਾਰਡ ਬਣਾ ਕੇ ਫਿਰ ਉਸ ਤੋਂ ਬਾਅਦ ਤੁਸੀਂ ਡਾਕਟਰ ਨੂੰ ਦਿਖਾ ਕੇ ਟ੍ਰੀਟਮੈਂਟ ਕਰਾ ਸਕਦੇ ਹੋ। ਬਾਈ ਜੀ, ਇੱਥੇ ਹੀ ਗੱਡੀਆਂ ਖੜਾਉਣ ਵਾਸਤੇ ਜਗ੍ਹਾ ਬਣੀ ਹੋਈ ਆ, OPD ਦੇ ਗੇਟ ਦੇ ਸਾਹਮਣੇ, ਇੱਥੇ ਹੀ ਸਾਹਮਣੇ ਸਟੈਂਡ ਆ ਜਿੱਥੇ ਆਪਾਂ ਐਨੀਮਲ ਵਗੈਰਾ ਲਾਉਣੇ ਆ, ਵਧੀਆ ਜਗ੍ਹਾ ਬਣੀ ਹੋਈ ਹੈ।
ਬਾਈ ਜੀ ਹੋਸਪਿਟਲ ਦੇ ਅੰਦਰ ਆਪਾਂ ਦੇਖ ਸਕਦੇ ਹਾਂ ਆਪਣੇ ਐਨੀਮਲ ਲਿਆ ਕੇ ਸਕੰਜੇ ਚਲਾਉਂਦੇ ਆ ਲੋਕ। ਉਹ ਤੋਂ ਬਾਅਦ ਆਪਾਂ ਆਪਰੇਸ਼ਨ ਥੀਏਟਰ 'ਚ ਗਾਈ ਲੈ ਵੱਛੀ ਲੈ ਗਏ ਆਪਣੀ, ਉੱਥੇ ਆਪਰੇਸ਼ਨ ਥੀਏਟਰ ਦੇ ਵਿੱਚ ਦੇਖ ਲਓ ਤੁਸੀਂ ਪ੍ਰੋਪਰ ਟ੍ਰੀਟਮੈਂਟ ਕਰ ਰਹੇ ਆ ਡਾਕਟਰ, ਇਹ ਪੂਰੀ ਕੇਅਰ ਨਾਲ ਬਹੁਤ ਵਧੀਆ ਤਰੀਕੇ ਨਾਲ ਟ੍ਰੀਟਮੈਂਟ ਕਰਦੇ ਆ ਵੀਰੇ। ਆਹ ਟ੍ਰੀਟਮੈਂਟ ਤੋਂ ਬਾਅਦ ਉਹਨਾਂ ਨੇ ਫੋਟੋ ਵਗੈਰਾ ਖਿੱਚੀ, ਟਾਂਕੇ ਵਗੈਰਾ ਲਾਏ ਆ ਸਾਰੇ ਪ੍ਰੋਪਰ। ਇਹ ਆਪਰੇਸ਼ਨ ਤੋਂ ਬਾਅਦ ਫਿਰ ਅਸੀਂ ਵੱਛੀ ਖੜੀ ਕਰੀ ਆ ਬਾਈ, ਹੁਣ ਦੇਖ ਲਓ ਡਾਕਟਰਾਂ ਨੇ ਬਹੁਤ ਵਧੀਆ ਆਪਰੇਸ਼ਨ ਕਰਿਆ, 2-2.5 ਘੰਟੇ ਲਾ ਕੇ ਪੂਰਾ ਕੋਪਰੇਟ ਕਰਿਆ ਯਾਰ ਵੀਰੇ, ਡਾਕਟਰਾਂ ਨੇ ਬਹੁਤ ਵਧੀਆ ਤਰੀਕੇ ਨਾਲ ਟ੍ਰੀਟਮੈਂਟ ਕਰਿਆ ਵੀਰੇ ਯਾਰ। ਕੋਈ ਵੀ 1% ਵੀ ਸਾਨੂੰ ਪ੍ਰੋਬਲਮ ਨਹੀਂ ਆਉਣ ਦਿੱਤੀ ਇੱਥੇ ਹੋਸਪਿਟਲ ਦੇ ਵਿੱਚ, ਬਹੁਤ ਵਧੀਆ ਆਪਰੇਟ ਹੋਇਆ ਬਾਈ ਯਾਰ। ਇਹ ਵੱਛੀ ਲਿਆਉਣ ਦੀ ਬਾਈ ਘਰੇ, ਅਤੇ ਵੀਰੇ ਇਹਦਾ ਆਪਰੇਸ਼ਨ ਕਰਾਇਆ ਸੀ ਆਪਾਂ, ਕੱਲ੍ਹ ਕਰਵਾਇਆ ਸੀ ਇਹਦਾ, ਅੱਜ ਅਗਲਾ ਦਿਨ ਆ ਇਹਦਾ। ਇਹਦੇ ਥੱਲੇ ਤੁਸੀਂ ਹੁਣ, ਕੱਲ੍ਹ ਮੈਂ ਵੀਡੀਓ ਸਟਾਰਟਿੰਗ ਦੇ ਵਿੱਚ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਗਿਆ, ਇਹਦੇ ਥੱਲੇ ਉਦੋਂ ਹਰਨੀਆਂ ਸੀ, ਹੁਣ ਇਹਨਾਂ ਨੇ ਸਟਿੱਚ ਵਗੈਰਾ ਲਾ ਕੇ ਪੂਰੀ ਸਹੀ ਆ। ਅੱਜ ਇਹਨੇ ਥੋੜ੍ਹੇ ਜਿਹੇ ਪੱਠੇ ਖਾਧੇ ਆ ਰਾਤ ਨੇ ਥੋੜ੍ਹੇ ਜਿਹੇ, ਅਤੇ ਉਹਨਾਂ ਨੇ ਡ੍ਰਿਪ ਦੱਸਿਆ ਸੀ ਵੀ ਡ੍ਰਿਪ ਆਪਾਂ ਲਾਉਣੀ ਆ। ਪਰ ਇਹਦਾ ਖਿਆਲ ਜਿਵੇਂ ਆਪਾਂ ਬੰਦਿਆਂ ਦਾ ਖਿਆਲ ਕਰਦੇ ਹਾਂ ਆਪਰੇਸ਼ਨ ਕਰਨ ਵੇਲੇ, ਆਪਣੇ ਚਾਹੇ ਕਿਸੇ ਦਾ ਵੀ ਆਪਾਂ ਫੈਮਿਲੀ ਮੈਂਬਰ ਦਾ ਜਾਂ ਕਿਸੇ ਦਾ ਵੀ ਕੋਈ ਵੀ ਆਪਾਂ ਟ੍ਰੀਟਮੈਂਟ ਹੋਸਪਿਟਲ 'ਚ ਖਿਆਲ ਰੱਖਦੇ ਹਾਂ, ਉਵੇਂ ਖਿਆਲ ਰੱਖਣਾ ਪੈਂਦਾ ਗਾ ਇਹਦਾ। ਜਿਵੇਂ ਹੁਣ ਇਹਦੇ ਥੱਲੇ ਗੱਦਾ ਧਰਿਆ ਸੀ ਵੀ ਇਹ ਗਿੱਲਾ ਨਾ ਹੋਵੇ ਥੱਲੇ, ਜਿਹੜਾ ਇਹਦਾ ਜ਼ਖਮ ਆ ਇਹਦੇ ਗਿੱਠ ਤੋਂ ਵੱਧ ਜ਼ਖਮ ਆ ਥੱਲੇ, ਇਹਦੇ ਕਾਫੀ ਲੰਬਾ ਜ਼ਖਮ ਆ ਇਹ, ਤਾਂ ਕਰਕੇ ਵੀ ਇਹ ਜੇ ਗਿੱਲਾ ਹੋ ਗਿਆ, ਇਨਫੈਕਸ਼ਨ ਹੋ ਗਈ ਇਹਦੇ ਵਿੱਚ, ਫਿਰ ਕੰਮ ਵੱਧ ਜਾਂਦਾ ਗਾ। ਕੋਈ ਵੀ ਆਪਰੇਸ਼ਨ ਹੋਵੇ ਪੇਟ ਦਾ ਕਿਤੋਂ ਵੀ ਆਪਾਂ ਕਰਾ ਕੇ ਲਿਆਉਣੇ ਆ, ਉਹਨੂੰ 10-15 ਦਿਨ ਤੁਸੀਂ ਬਹੁਤ ਜ਼ਿਆਦਾ ਖਿਆਲ ਰੱਖਣਾ ਹੁੰਦਾ ਗਾ। ਜੇ ਆਪਾਂ 10-15 ਦਿਨ ਵੱਡੀਆਂ ਗਾਵਾਂ ਦਾ ਖਿਆਲ ਰੱਖਣਾ ਬੜਾ ਔਖਾ, ਬੱਚਿਆਂ ਦਾ ਤੁਸੀਂ ਗੌਰ ਕਰ ਸਕਦੇ ਹੋ। ਇਹ ਆਪਣੇ ਅਖਤਿਆਰ ਵਾਲ ਵੀ ਆਪਾਂ ਥੱਲੇ ਕਿਵੇਂ ਮੈਟਿੰਗ ਕਰਨੀ ਆ, ਕਿਵੇਂ ਉਹਨਾਂ ਨੂੰ ਸਾਂਭ ਕੇ ਰੱਖਣਾ ਗਾ। ਇਹ ਗਾਰੇ ਜਬੰਨ ਦੀ ਉੱਤੋਂ ਇਨਫੈਕਸ਼ਨ ਹੋ ਗਈ, ਫਿਰ ਕੰਮ ਵੱਧ ਜੂਗਾ, ਫਿਰ ਦੁਬਾਰੇ ਫਿਰ ਇਹਦਾ ਟ੍ਰੀਟਮੈਂਟ ਖੋਲ੍ਹਣੇ ਪੈ ਜਾਂਦੇ ਕਈ ਵਾਰ ਟਾਂਕੇ। ਹੁਣ ਜ਼ਖਮ ਅੰਦਰ ਸੁੱਕ ਜਾਣਾ ਇਹਦਾ, ਇਹਦਾ ਜਿਵੇਂ ਜਿਵੇਂ ਉਹਨਾਂ ਨੇ ਦਵਾਈ ਦੱਸੀ ਆ, ਉਹ ਦਵਾਈ ਵਗੈਰਾ ਇਹਦੇ ਨਾਲ ਰੈਗੂਲਰ ਲਾਈ ਜਾਣੀ ਇਹਦੇ। ਅਤੇ ਬਾਕੀ ਇਹਦਾ ਜਿਹੜਾ ਆਪਰੇਸ਼ਨ ਦਾ ਖਰਚਾ ਹੋਇਆ ਪੂਰਾ ਇਹਦਾ, ਉਹਨਾਂ ਦੀ ਫੀਸ ਤਾਂ, ਜਿਹੜਾ ਆਪਰੇਸ਼ਨ ਦੀ ਫੀਸ ਸੀਗੀ ਉਹਨਾਂ ਦੀ 300 ਰੁਪਇਆ ਸੀਗੀ, ਜਿਹੜੀ ਬਾਕੀ ਉਹਨਾਂ ਦੀ ਟੈਸਟਾਂ ਦੀ ਕੋਈ 100 ਆ, ਕੋਈ 500 ਦਾ ਟੈਸਟ ਆ, ਬਸ ਉੱਥੇ 700-800 ਰੁਪਇਆ ਲੱਗਿਆ ਗਾ ਵੱਧ ਤੋਂ ਵੱਧ, ਜਿਹੜਾ ਉਹਨਾਂ ਨੇ ਹੋਸਪਿਟਲ ਦੇ ਵਿੱਚ। ਬਾਕੀ ਜਿਹੜੀ ਮੈਡੀਸਨ ਲੱਗੀ ਆ ਉਹ 7000 ਦੀ ਲੱਗੀ ਹੈ ਇਹਦੇ, ਕਿ ਉਹ ਜਾਲੀ ਸੀ ਜਿਹੜੀ ਨੈੱਟ ਪਾਇਆ, ਇਹ ਵੱਡੀ ਹੋ ਗਈ ਸੀ, ਛੋਟੀਆਂ ਦੇ ਤਾਂ ਨੈੱਟ ਵੀ ਨਹੀਂ ਪਾਉਣਾ ਪੈਂਦਾ, ਇਹਦੇ ਨੈੱਟ ਪਾਇਆ ਥੱਲੇ ਜਾਲੀ ਪਾਈ ਆ, ਉਹ 2000 ਦੀ ਤਾਂ ਜਾਲੀ ਸੀ। ਬਾਕੀ ਸਟਿਚਿੰਗ ਵਗੈਰਾ ਵਾਲੇ ਜਿਹੜੇ ਧਾਗਾ ਵਗੈਰਾ ਉਹ ਮਹਿੰਗਾ ਹੁੰਦਾ ਗਾ, ਉਹਦਾ ਕਰਕੇ ਲੈ ਵੀ ਟੋਟਲ 8000 ਦੇ ਕਰੀਬ ਖਰਚਾ ਆਇਆ ਇਹਦਾ ਸਾਰਾ, ਜਿਹੜਾ ਆਪਰੇਸ਼ਨ ਦਾ। ਬਾਕੀ ਬਸ ਜਿਹੜੇ ਵੀ ਕਿਸੇ ਵੀਰ ਦੇ ਇਹੋ ਜਿਹੀ ਪ੍ਰੋਬਲਮ ਆਉਂਦੀ ਆ ਹਰਨੀਆਂ ਵਗੈਰਾ ਦੀ, ਆਪਾਂ ਨੂੰ ਪਤਾ ਲੱਗਦਾ, ਉਹਨੂੰ ਕੋਸ਼ਿਸ਼ ਕਰਿਆ ਕਰੋ 2 ਮਹੀਨਿਆਂ ਤੱਕ ਵੱਛੀ ਦਾ ਆਪਰੇਸ਼ਨ ਕਰਾ ਲਿਆ ਕਰੋ। ਜਿਉਂ ਜਿਉਂ ਵੱਡੀ ਕਰੀ ਜਾਵਾਂਗੇ ਫਿਰ ਵੱਡਾ ਆਪਰੇਸ਼ਨ ਹੋਊਗਾ, ਇਹ ਮੇਜਰ ਆਪਰੇਸ਼ਨ ਸੀ, ਇਹਦਾ ਵੱਡਾ ਆਪਰੇਸ਼ਨ ਸੀਗਾ। ਜੇ ਛੋਟੀ ਵੱਛੀ ਹੁੰਦੀ ਤਾਂ ਆਪਾਂ ਛੋਟਾ ਆਪਰੇਸ਼ਨ ਨਾਲ ਸਰ ਜਾਂਦਾ ਫਿਰ। ਬਾਕੀ ਰਹੀ ਗੱਲ ਕੋਈ ਵੀ ਤੁਸੀਂ ਟ੍ਰੀਟਮੈਂਟ ਕਰਾਉਣਾ ਗਾ ਆਪਣੇ ਐਨੀਮਲਾਂ ਦਾ, ਉਹਨੂੰ ਯੂਨੀਵਰਸਿਟੀ ਲੈ ਕੇ ਜਾਓ, ਉੱਥੇ ਟੈਸਟ ਕਰਵਾਓ। ਜੇ ਤੁਹਾਨੂੰ ਪਹਿਲਾਂ ਲੋਕਲ ਡਾਕਟਰ ਨੂੰ ਦਿਖਾ ਲਓ ਤੁਸੀਂ, ਜੇ ਤੁਹਾਨੂੰ ਐਂ ਲੱਗਦਾ ਲੈ ਵੀ ਇਹ 2 ਦਿਨਾਂ 'ਚ ਠੀਕ ਨਹੀਂ ਹੋਇਆ ਜਾਂ 3 ਦਿਨਾਂ 'ਚ, 1-2 ਦਿਨ ਟ੍ਰੀਟਮੈਂਟ ਕਰੋ ਉਹਨੂੰ, ਬਾਹਲਾ ਲੰਮਾ ਟ੍ਰੀਟਮੈਂਟ ਨਾ ਲੈ ਕੇ ਜਾਓ ਤੁਸੀਂ ਘਰੇ। ਜੇ ਬਾਹਲਾ ਲੰਮਾ ਲੈ ਕੇ ਜਾਂਦੇ ਹੋ ਫਿਰ ਸਿਹਤ ਵਿਗੜਦੀ ਆ, ਫਿਰ ਉਹਨਾਂ ਨੂੰ ਟ੍ਰੀਟਮੈਂਟ ਕਰਨਾ ਵੀ ਔਖਾ ਹੋ ਜਾਂਦਾ ਡਾਕਟਰਾਂ ਨੂੰ। 2 ਦਿਨ ਤੁਸੀਂ ਕਰਕੇ ਦੇਖ ਲਿਆ, ਘਰੇ ਟ੍ਰੀਟਮੈਂਟ ਨਹੀਂ ਹੱਲ ਆ ਰਿਹਾ ਤਾਂ ਤੁਸੀਂ ਨਾਲ ਦੀ ਨਾਲ ਜਾਂ ਤਾਂ ਤੁਹਾਡੇ ਪਿੰਡ ਦੇ ਵਿੱਚ VO ਡਾਕਟਰ ਹੈਗਾ ਵੱਡਾ, ਉਹਨੂੰ ਦਿਖਾਓ, ਅਤੇ ਜਾਂ ਤੁਸੀਂ ਯੂਨੀਵਰਸਿਟੀ ਲੈ ਕੇ ਜਾਓ। ਜਿਹੜੀ ਇਹ ਯੂਨੀਵਰਸਿਟੀ ਆ ਇਹ ਰਾਮਪੁਰੇ ਆ, ਲੁਧਿਆਣੇ ਵਾਲਿਆਂ ਦੀ ਬ੍ਰਾਂਚ ਆ, ਵੈਟਨਰੀ ਯੂਨੀਵਰਸਿਟੀ ਆ ਇਹ, ਇੱਥੇ ਬੱਚੇ ਪੜ੍ਹਦੇ ਵੀ ਆ। ਰਾਮਪੁਰੇ ਤੋਂ 1 ਕਿਲੋਮੀਟਰ ਆ, ਫੂਲ ਤੋਂ 2-3 ਕਿਲੋਮੀਟਰ ਆ, ਰਾਮਪੁਰੇ ਤੋਂ ਜਿਹੜੀ ਫੂਲ ਰੋਡ ਆ ਉਹਦੇ ਉੱਪਰ ਆ, ਤੁਸੀਂ ਨੇੜੇ ਨੇੜੇ ਪਿੰਡਾਂ ਵਾਲੇ ਸਾਰੇ ਆਪਦੇ ਐਨੀਮਲ ਲਿਆ ਸਕਦੇ ਆ। ਉੱਥੇ ਅਲਟਰਾਸਾਊਂਡ ਐਕਸਰੇ ਵਗੈਰਾ ਸਾਰਾ ਟ੍ਰੀਟਮੈਂਟ ਵਗੈਰਾ ਬਹੁਤ ਵਧੀਆ ਕਰਦੇ ਆ, ਨਾ ਥੋੜ੍ਹਾ ਖਰਚਾ ਵੀ ਘੱਟ ਆਊਗਾ ਉੱਥੇ।
ਕਈ ਵਾਰ ਆਪਾਂ ਦੇਖਦੇ ਹਾਂ ਅੱਜ ਕੱਲ੍ਹ ਵੀ ਖੂਨ ਘੱਟ ਜਾਂਦਾ ਐਨੀਮਲਾਂ ਦਾ, ਹੋਰ ਪ੍ਰੋਬਲਮ ਆ ਜਾਂਦੀ ਹੈ, ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਘਰ। ਫਿਰ ਆਪਣਾ 1 ਗ੍ਰਾਮ ਜਾਂ 2 ਗ੍ਰਾਮ ਫਿਰ ਆਪਾਂ ਉੱਥੇ ਲੈ ਕੇ ਜਾਂਦੇ, ਫਿਰ ਉਹ ਖੂਨ ਚੜਾਉਂਦੇ ਆ। ਕੋਸ਼ਿਸ਼ ਕਰਿਆ ਕਰੋ ਜਦੋਂ ਆਪਾਂ 1-2 ਦਿਨ ਟ੍ਰੀਟਮੈਂਟ ਕਰ ਲਿਆ, ਨਹੀਂ ਹੱਲ ਹੋਇਆ ਤਾਂ ਨਾਲ ਦੀ ਨਾਲ ਤੁਸੀਂ ਯੂਨੀਵਰਸਿਟੀ ਲੈ ਕੇ ਜਾਇਆ ਕਰੋ। ਜਿਹੜੀਆਂ ਸਹੂਲਤਾਂ ਹੈਗੀਆਂ ਉਹਨਾਂ ਨੂੰ ਆਪਾਂ ਮੰਨੀਏ ਤਾਂ ਆਪਾਂ ਨੂੰ ਨਾ ਇਹਦਾ ਆਪਣਾ ਖਰਚਾ ਬਚੂਗਾ, ਨਾ ਇਹ ਆਪਣੇ ਐਨੀਮਲਾਂ ਦਾ ਟ੍ਰੀਟਮੈਂਟ ਵਧੀਆ ਹੋਊਗਾ। ਬਾਕੀ ਉੱਥੇ ਵੈਟਨਰੀ ਯੂਨੀਵਰਸਿਟੀ ਰਾਮਪੁਰੇ ਸਾਰੇ ਟੈਸਟ ਹੁੰਦੇ ਆ ਵੀਰੇ, ਉਹਦੀ ਲਿਸਟ ਮੈਂ ਤੁਹਾਨੂੰ ਲਾ ਦੂੰਗਾ ਵੀ ਕੀ ਕੀ ਰੇਟ ਆ ਉਹਨਾਂ ਦਾ, ਨਾਲ ਤੁਹਾਡੇ ਵੀਡੀਓ ਦੇ ਵਿੱਚ ਲਾ ਦੂੰਗਾ ਮੈਂ। ਬਾਕੀ ਉੱਥੇ ਸਾਇਲੇਜ ਫੀਡ ਕੋਈ ਵੀ ਚੀਜ਼ ਤੁਸੀਂ ਟੈਸਟ ਕਰਾਉਣੇ ਆ ਉੱਥੇ ਕਰਦੇ ਆ ਵੀਰੇ, ਉਹਦੇ ਅੱਡ ਚਾਰਜਸ ਆ, ਬਹੁਤ ਘੱਟ ਚਾਰਜਸ ਆ ਉਹਨਾਂ ਦੇ ਉੱਪਰ। ਉਹ ਆਪਾਂ ਨੂੰ ਦੱਸ ਦੇਣਗੇ ਕੀ ਕੁਆਲਿਟੀ ਆ ਤੁਹਾਡੇ ਸਾਇਲੇਜ ਦੀ, ਕੀ ਕੁਆਲਿਟੀ ਆ ਤੁਹਾਡੀ ਫੀਡ ਦੀ, ਕੀ ਲਵੀ ਉਹ ਫੀਡ ਜਿਹੜੀ ਆਪਾਂ ਪਾ ਰਹੇ ਹਾਂ ਪਸ਼ੂ ਨੂੰ ਪਾਉਣ ਯੋਗ ਹੈ, ਕੀ ਸਾਇਲੇਜ ਉਹ ਖਵਾਉਣ ਯੋਗ ਹੈ। ਇਹ ਸਾਰੀਆਂ ਗੱਲਾਂ ਆਪਾਂ ਨੂੰ ਯੂਨੀਵਰਸਿਟੀ ਵਾਲੇ ਉੱਥੇ ਟੈਸਟ ਕਰਕੇ ਆਪਣੀ ਰਿਪੋਰਟ ਦੇ ਦੇਣਗੇ ਆਪਾਂ ਨੂੰ, ਫਿਰ ਤੁਸੀਂ ਡਾਕਟਰ ਨਾਲ ਡਿਸਕਸ ਕਰ ਸਕਦੇ ਹੋ ਉਹਦੇ ਬਾਰੇ। ਕਈ ਵਾਰ ਆਪਾਂ ਗਲਤ ਫੀਡ ਵਗੈਰਾ ਗਲਤ ਵਗੈਰਾ ਖਵਾਈ ਜਾਂਦੇ ਹੁੰਦੇ ਐਨੀਮਲ ਨੂੰ, ਐਨੀਮਲ ਆਪਣੇ ਡਾਊਨ ਹੋ ਜਾਂਦੇ ਆ, ਅਤੇ ਆਪਾਂ ਨੂੰ ਬਾਅਦ 'ਚ ਪਤਾ ਲੱਗਾ ਲਵੀ ਇਹ ਤਾਂ ਯਾਰ ਫੀਡ ਕਰਕੇ ਪ੍ਰੋਬਲਮ ਆ। ਕਈ ਵਾਰ ਤਾਂ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਲਵੀ ਆਪਾਂ ਖਾਣ ਪੀਣ ਗਲਤ ਦੇਈ ਜਾਂਦੇ, ਆਪਾਂ ਉਵੇਂ ਹੀ ਖਵਾਈ ਜਾਂਦੇ ਐਨੀਮਲਾਂ ਨੂੰ। ਤਾਂ ਕਰਕੇ ਆ ਜੇ ਕਿਸੇ ਨੇ ਕਮਰਸ਼ੀਅਲ ਡੈਰੀ ਫਾਰਮਿੰਗ ਕਰਨੀ ਆ ਤਾਂ ਇਹਦੇ ਵੱਲ ਜਾਣਾ ਹੀ ਪੈਣਾ, ਤੁਹਾਨੂੰ ਵਧੀਆ ਪ੍ਰੋਪਰ ਟ੍ਰੀਟਮੈਂਟ ਕਰਾਉਣਾ ਹੀ ਪੈਣਾ। ਲੋਕਲ ਡਾਕਟਰ ਸਾਰੇ ਵਧੀਆ ਹੁੰਦੇ ਆ, ਮੈਂ ਇਹ ਨਹੀਂ ਕਹਿੰਦਾ ਲਵੀ ਡਾਕਟਰ ਉਹ ਆ, ਪਰ ਫਿਰ ਵੀ ਤੁਹਾਨੂੰ ਜੇ 2 ਦਿਨ ਜਾਂ 3 ਦਿਨ ਤੁਸੀਂ ਟ੍ਰੀਟਮੈਂਟ ਕਰਾ ਲਿਆ ਨਹੀਂ ਫਰਕ ਪਿਆ ਐਨੀਮਲ ਨੂੰ, ਤਾਂ ਸੀਨੀਅਰ ਡਾਕਟਰ ਨੂੰ ਦਿਖਾਓ ਜਾਂ ਤੁਸੀਂ ਯੂਨੀਵਰਸਿਟੀ ਲੈ ਕੇ ਜਾਓ। ਜਦੋਂ ਆਪਾਂ ਜ਼ਿਆਦਾ ਲੇਟ ਕਰ ਦਿੰਦੇ ਹਾਂ ਫਿਰ ਆਪਾਂ ਨੂੰ ਘਰੋਂ ਚੱਕਣਾ ਵੀ ਐਨੀਮਲ ਔਖਾ ਹੋ ਜਾਂਦਾ ਕਈ ਵਾਰ ਬਾਈ। ਹੁਣ ਆਪਾਂ ਵੀਰ ਜੀ ਵੀਡੀਓ ਐਂਡ ਕਰਦੇ ਹਾਂ, ਜ਼ਿਆਦਾ ਤੋਂ ਜ਼ਿਆਦਾ ਆਪਣਾ ਚੈਨਲ ਲਾਈਕ ਅਤੇ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਆ ਲਿਸਟ ਆ ਸਾਰੇ ਟੈਸਟਾਂ ਦੀ ਯਾਰ, 1 ਪੇਜ ਤਾਂ ਇਹ ਆ ਲਿਸਟ ਦਾ, ਬਾਕੀ ਗਾਹਾਂ ਦੀ ਗਾਹਾਂ ਦਿਖਾਉਣਾ ਮੈਂ। 1 ਇਹ ਆ ਵੀਰੇ, ਦੂਜਾ ਪੇਜ ਆ, ਅਗਲਾ ਪੇਜ ਬਾਈ ਜੀ ਇਹ ਆ, ਤੀਜਾ ਪੇਜ। ਇੰਨੇ ਜ਼ਿਆਦਾ ਟੈਸਟ ਹੁੰਦੇ ਆ ਵੀਰੇ ਯਾਰ, ਦੇਖ ਲਓ ਤੁਸੀਂ ਆਹ ਤੀਜਾ ਪੇਜ ਹੈ, ਇੱਥੇ ਲਾ ਐਡਜਸਟ ਕਰਤਾ ਪੈਨ ਟੈਸਟ ਦਾ। ਲਾਸਟ ਪੇਜ ਇਹ ਆ ਵੀਰੇ, ਟੋਟਲ 83 ਟੈਸਟ ਹੋ ਗਏ ਸਾਰੇ ਇੱਥੇ ਯੂਨੀਵਰਸਿਟੀ 'ਚ ਹੁੰਦੇ ਆ ਜਿਹੜੇ। ਇਹ ਰੇਟ ਅਤੇ ਲਿਸਟ ਸਾਰੇ ਦੱਸਦੇ ਮੈਂ ਤੁਹਾਨੂੰ, ਕੋਈ ਵੀ ਤੁਹਾਨੂੰ ਟੈਸਟ ਕਰਾਉਣਾ ਇੱਥੇ ਯੂਨੀਵਰਸਿਟੀ 'ਚ ਤੁਸੀਂ ਕਰਾ ਸਕਦੇ ਹੋ ਰਾਮਪੁਰੇ ਤੋਂ ਬਾਈ।